देखो सर, मेरा तो मुंडा भतीजा लगता, मेरे भरा का मुंडा, तो ये डॉक्टर सुरजीत दे लग्या सीगा माचीवड़ा साहब। की नाम है ते किन्नी उम्र है मुंडे का नाम जसप्रीत सिंह है जी, उम्र लगभग 20 साल हैगी है, किहदा पिंड है पिंड राणमा जी। की एक्सीडेंट होया है एक्सीडेंट जी कुछ सानू भी नहीं पता लगता, राती घरे गया, घर मम्मी और डैडी ने दवाई दे के आया। वो तो बाद मेरा मुंडा तो इकट्ठे ही आते होंगे सी घर, तो आने तो बाद मतलब छड़ के उन्हें चले गया। फिर सवेरे डॉक्टर दे ही कम करता सीगा, भी प्रैक्टिस करता सीगा। तो उस तो बाद एक पेशेंट सीगा उत्थे, मतलब उन्होंने डिप डुप लाई तो उन्होंने चाह दे के गया, फिर गुरुद्वारा चरणकमल साहब गया, मतलब मत्था टेक के आया। वो तो बाद ही कम होया जिहड़ा होया। हुण सुसाइड नोट जिहड़ा मिलिया उह की आ नहीं सुसाइड नोट अजे मैनू नहीं जी इस बारे पता है कुछ भी, मैं तो इधर बॉडी वाले हाँ, तो बाकी लग जू पता। हाँ जी, हॉस्पिटल चे ये हॉस्पिटल ही होया जी, एडमिट मतलब कीता पक्खे नाल होया सुसाइड। ਕਿਹੜਾ हाँ, ਹਸਪੀਟਲ ਹੈ ਜੀ ये डॉक्टर सुरजीत आ जी। ਇਹ ਸਰ ਆਪਾਂ ਤੁਹਾਨੂੰ ਇਤਲਾਹ ਮਿਲੀ ਸੀ ਡਾਕਟਰ ਸਰਜੀਤ ਸਿੰਘ ਨੇ ਕਾਲ ਕਰੀ ਸੀ, ਸਾਡੇ ਏਐਸਆਈ ਸਾਹਿਬ ਗਏ ਸੀ ਮੌਕੇ ਤੇ, ਤੇ ਮੁੰਡਾ ਹੈਗਾ ਜਸਪ੍ਰੀਤ ਸਿੰਘ ਇਹਦੀ ਜਸ, ਇਹਦੇ ਪਿਤਾ ਦਾ ਨਾਂ ਹੈਗਾ ਕੁਲਦੀਪ ਸਿੰਘ, ਇਹ ਪਿੰਡ ਰਾੜਮਾ ਦਾ ਰਹਿਣ ਵਾਲਾ, ਇਹ ਮੈਡੀਸਨ ਇੱਥੇ ਹੋਸਪਿਟਲ ਆ ਉੱਥੇ 6 ਸਾਲ ਤੋਂ ਕੰਮ ਕਰ ਰਿਹਾ ਸੀ। ਇੱਥੇ ਨੇ ਖੁਦ ਪੱਕੇ ਨਾਲ ਪੱਗ ਪਾ ਕੇ ਸੁਸਾਈਡ ਕਰ ਲਿਆ। ਇਹਦੀ ਲਾਸ਼ ਲਟਕਦੀ ਮਿਲੀ ਸੀ ਉੱਥੇ? ਨਹੀਂ ਜੀ, ਡਾਕਟਰ ਲੈ ਗਏ ਸਰਜੀਤ, ਵੀ ਕਹਿੰਦੇ ਕੁਛ ਇਹਦੇ ਵਿੱਚ ਸਾਹ ਚੱਲਦਾ ਸੀ, ਆਨੰਦ ਹੋਸਪਿਟਲ ਲੈ ਗਏ ਸੀ ਇੱਥੇ ਮੱਛੀਵਾੜਾ ਸਾਹਿਬ ਜੀ, ਉੱਥੇ ਇਹਨਾਂ ਨੂੰ ਡੈਡ ਕਰਾਰ ਦਿੱਤਾ ਜੀ ਲਟਕੇ ਨੂੰ। ਕੋਈ ਸੁਸਾਈਡ ਨੋਟ ਮਿਲਿਆ ਜੀ ਉਹਦਾ ਜੀ? ਜੀ, ਸੁਸਾਈਡ ਦੇ ਵਿੱਚ ਲਿਖਿਆ ਨੇ ਵੀ ਮੈਂ ਖੁਦ ਹੀ ਆਪਦੀ ਆਤਮ ਹੱਤਿਆ ਕਰ ਰਿਹਾ, ਵੀ ਘਰੇ ਨੂੰ ਕਿਸੇ ਦਾ ਕੋਈ ਕਸੂਰ ਨਹੀਂ, ਵੀ ਥੱਲੇ ਲਿਖਿਆ ਆਪਦੇ ਪਿਤਾ ਜੀ ਤੋਂ ਸੋਰੀ ਮੰਗੀ ਆ, ਵੀ ਜੋ ਕੁਛ ਬਣਨਾ ਚਾਹੁੰਦਾ ਸੀ ਮੈਂ ਨਹੀਂ ਬਣ ਸਕਿਆ। ਪੋਸਟ ਲਾਸਟ ਆਪਦੇ ਥੱਲੇ ਸੈਨਾ 'ਚ ਲਿਖਿਆ, ਲਾਸਟ ਪੋਸਟਮਾਰਟਮ ਲਈ ਭੇਜ ਕੇ ਕੀ ਕਰ? ਜੀ ਜੀ, ਲਾਸਟ ਦਾ ਪੋਸਟਮਾਰਟਮ ਕਰਾ ਕੇ 194 BNSS ਅਧੀਨ ਕਾਰਵਾਈ ਕੀਤੀ ਹੈ, ਉਹਦੀ ਲਾਸਟ ਦਾ ਪੋਸਟਮਾਰਟਮ ਕਰਾਇਆ ਜਾਂਦਾ। ਦੇਖੋ ਸਰ, ਮੇਰਾ ਤਾਂ ਮੁੰਡਾ ਭਤੀਜਾ ਲੱਗਦਾ, ਮੇਰੇ ਭਰਾ ਦਾ ਮੁੰਡਾ, ਅਤੇ ਇਹ ਡਾਕਟਰ ਸੁਰਜੀਤ ਦੇ ਲੱਗਿਆ ਸੀਗਾ ਮਾਚੀਵੜਾ ਸਾਹਿਬ। ਕੀ ਨਾਮ ਹੈ ਇਹਦਾ, ਕਿੰਨੀ ਉਮਰ? ਮੁੰਡੇ ਦਾ ਨਾਮ ਜਸਪ੍ਰੀਤ ਸਿੰਘ ਹੈ ਜੀ, ਉਮਰ ਲਗਭਗ 20 ਸਾਲ ਹੈਗੀ ਆ। ਕਿਹਦਾ ਪਿੰਡ ਹੈ? ਪਿੰਡ ਰਾਣਮਾ ਜੀ। ਕੀ ਐਕਸੀਡੈਂਟ ਹੋਇਆ ਹੈ? ਐਕਸੀਡੈਂਟ ਜੀ ਕੁਛ ਸਾਨੂੰ ਵੀ ਨਹੀਂ ਪਤਾ ਲੱਗਦਾ, ਰਾਤੀ ਘਰੇ ਗਿਆ, ਘਰ ਮੰਮੀ ਨੂੰ ਔਰ ਡੈਡੀ ਨੂੰ ਦਵਾਈ ਦੇ ਕੇ ਆਇਆ। ਉਹ ਤੋਂ ਬਾਅਦ ਮੇਰਾ ਮੁੰਡਾ ਤਾਂ ਇਕੱਠੇ ਹੀ ਆਉਂਦੇ ਹੁੰਦੇ ਸੀ ਘਰ, ਅਤੇ ਆਉਣ ਤੋਂ ਬਾਅਦ ਮਤਲਬ ਛੱਡ ਕੇ ਉਹਨੂੰ ਚਲੇ ਗਿਆ। ਫਿਰ ਸਵੇਰੇ ਡਾਕਟਰ ਦੇ ਹੀ ਕੰਮ ਕਰਦਾ ਸੀਗਾ, ਵੀ ਪ੍ਰੈਕਟਿਸ ਕਰਦਾ ਸੀਗਾ। ਅਤੇ ਉਸ ਤੋਂ ਬਾਅਦ ਇੱਕ ਪੇਸ਼ੈਂਟ ਸੀਗਾ ਉੱਥੇ, ਮਤਲਬ ਉਹਨਾਂ ਦੇ ਡਿਪ ਡੁਪ ਲਾਈ ਅਤੇ ਉਹਨੂੰ ਚਾਹ ਦੇ ਕੇ ਗਿਆ, ਫਿਰ ਗੁਰਦੁਆਰਾ ਚਰਨਕਮਲ ਸਾਹਿਬ ਗਿਆ, ਮਤਲਬ ਮੱਥਾ ਟੇਕ ਕੇ ਆਇਆ। ਉਹ ਤੋਂ ਬਾਅਦ ਹੀ ਕੰਮ ਹੋਇਆ ਜਿਹੜਾ ਹੋਇਆ। ਸੁਸਾਈਡ ਨੋਟ ਜਿਹੜਾ ਨਹੀਂ, ਸੁਸਾਈਡ ਨੋਟ ਅਜੇ ਮੈਨੂੰ ਨਹੀਂ ਜੀ ਇਸ ਬਾਰੇ ਪਤਾ ਹੈ ਕੁਛ ਵੀ, ਮੈਂ ਤਾਂ ਇੱਧਰ ਬੋਡੀ ਵੱਲੇ ਹਾਂ, ਅਤੇ ਬਾਕੀ ਲੱਗ ਜੂ ਪਤਾ। ਹਾਂਜੀ, ਹੋਸਪਿਟਲ 'ਚ ਇਹ ਹੋਸਪਿਟਲ 'ਚ ਹੋਇਆ ਜੀ, ਮਤਲਬ ਪੱਖੇ ਨਾਲ ਹੋਇਆ ਸੁਸਾਈਡ। ਹਾਂ, ਹੋਸਪਿਟਲ ਹੈ ਜੀ, ਇਹ ਡਾਕਟਰ ਸੁਰਜੀਤ ਆ ਜੀ। ਜੀ ਸਰ, ਆਪਾਂ ਤੁਹਾਨੂੰ ਇਤਲਾਹ ਮਿਲੀ ਸੀ ਡਾਕਟਰ ਸੁਰਜੀਤ ਸਿੰਘ ਨੇ ਕਾਲ ਕਰੀ ਸੀ, ਸਾਡੇ ਏਐਸਆਈ ਸਾਹਿਬ ਗਏ ਸੀ ਮੌਕੇ 'ਤੇ, ਅਤੇ ਮੁੰਡਾ ਹੈਗਾ ਜਸਪ੍ਰੀਤ ਸਿੰਘ ਇਹਦੀ ਜਸ, ਇਹਦੇ ਪਿਤਾ ਦਾ ਨਾਂ ਹੈਗਾ ਕੁਲਦੀਪ ਸਿੰਘ, ਇਹ ਪਿੰਡ ਰਾੜਮਾ ਦਾ ਰਹਿਣ ਵਾਲਾ, ਇਹ ਮੈਡੀਸਨ ਇੱਥੇ ਹੋਸਪਿਟਲ ਆ ਉੱਥੇ 6 ਸਾਲ ਤੋਂ ਕੰਮ ਕਰ ਰਿਹਾ ਸੀ। ਇੱਥੇ ਨੇ ਖੁਦ ਪੱਖੇ ਨਾਲ ਪੱਗ ਪਾ ਕੇ ਸੁਸਾਈਡ ਕਰ ਲਿਆ। ਇਹਦੀ ਲਾਸ਼ ਲਟਕਦੀ ਮਿਲੀ ਸੀ ਉੱਥੇ? ਨਹੀਂ ਜੀ, ਡਾਕਟਰ ਲੈ ਗਏ ਸਰਜੀਤ, ਵੀ ਕਹਿੰਦੇ ਕੁਛ ਇਹਦੇ ਵਿੱਚ ਸਾਹ ਚੱਲਦਾ ਸੀ, ਆਨੰਦ ਹੋਸਪਿਟਲ ਲੈ ਗਏ ਸੀ ਇੱਥੇ ਮੱਛੀਵਾੜਾ ਸਾਹਿਬ ਜੀ, ਉੱਥੇ ਇਹਨਾਂ ਨੂੰ ਡੈਡ ਕਰਾਰ ਦਿੱਤਾ ਜੀ ਲਟਕੇ ਨੂੰ। ਕੋਈ ਸੁਸਾਈਡ ਨੋਟ ਮਿਲਿਆ ਜੀ ਉਹਦਾ ਜੀ? ਜੀ ਜੀ, ਸੁਸਾਈਡ ਦੇ ਵਿੱਚ ਲਿਖਿਆ ਨੇ ਵੀ ਮੈਂ ਖੁਦ ਹੀ ਆਪਦੀ ਆਤਮ ਹੱਤਿਆ ਕਰ ਰਿਹਾ, ਵੀ ਘਰੇ ਨੂੰ ਕਿਸੇ ਦਾ ਕੋਈ ਕਸੂਰ ਨਹੀਂ, ਵੀ ਥੱਲੇ ਲਿਖਿਆ ਆਪਦੇ ਪਿਤਾ ਜੀ ਤੋਂ ਸੋਰੀ ਮੰਗੀ ਆ, ਵੀ ਜੋ ਕੁਛ ਬਣਨਾ ਚਾਹੁੰਦਾ ਸੀ ਮੈਂ ਨਹੀਂ ਬਣ ਸਕਿਆ। ਪੋਸਟ ਲਾਸਟ ਆਪਦੇ ਥੱਲੇ ਸੈਨਾ 'ਚ ਲਿਖਿਆ, ਲਾਸਟ ਪੋਸਟਮਾਰਟਮ ਲਈ ਭੇਜ ਕੇ ਕੀ ਕਰ? ਜੀ ਜੀ, ਲਾਸਟ ਦਾ ਪੋਸਟਮਾਰਟਮ ਕਰਾ ਕੇ 194 BNSS ਅਧੀਨ ਕਾਰਵਾਈ ਕੀਤੀ ਹੈ, ਉਹਦੀ ਲਾਸਟ ਦਾ ਪੋਸਟਮਾਰਟਮ ਕਰਾਇਆ ਜਾਂਦਾ।